ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਟੂ ਸਾਡੀ ਲਾਈਫ। ਅੱਜ ਬਹੁਤ ਜ਼ਿਆਦਾ ਸਪੈਸ਼ਲ ਇਵੈਂਟ ਹੈਗਾ ਆ, ਡਰੀਮ ਰਾਈਡ 2019 ਅਤੇ ਇੱਥੇ ਧੁੱਪ ਹੀ ਕਾਫੀ ਪੈ ਰਹੀ ਹੈ। ਮੈਂ ਚੇਂਜ ਕਰਨ ਦੀ ਕੋਸ਼ਿਸ਼ ਕਰਦਾ ਐਂਗਲ ਉਂਗਲ, ਨਹੀਂ ਧੁੱਪ ਪੈ ਰਹੀ, ਸੋਰੀ। ਐਨੀਵੇਜ਼, ਬਹੁਤ ਵਧੀਆ ਇਵੈਂਟ ਆ ਇਹ। ਇੱਥੇ ਆਲਮੋਸਟ ਸਾਰੀ ਆਟੋਮੋਬਾਈਲਸ ਆਉਣੀਆਂ ਆ, ਮੋਸਟ ਲਾਈਕਲੀ ਕੋਨਿਗਜ਼ੈਗ, ਜਿਹੜੀ ਹਾਈਪਰ ਕਾਰਸ ਹੁੰਦੀਆਂ, ਕੋਨਿਗਜ਼ੈਗ, ਲੈਂਬੋ, ਫਰਾਰੀ, ਹੋਰ ਕਿਹੜੀਆਂ ਹੁੰਦੀਆਂ ਜਿਹੜੀਆਂ ਸਪੈਸ਼ਲ, ਮੈਕਲਾਰਨ ਵਗੈਰਾ, ਸਾਰੀਆਂ ਆਉਣਗੀਆਂ। ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ ਆਪਾਂ ਕਿ ਘੱਟ ਦੇਖੀਆਂ ਆ ਯੂਟਿਊਬ ਵਗੈਰਾ 'ਤੇ ਜਾਂ ਸੋਸ਼ਲ ਮੀਡੀਆ 'ਤੇ, ਬਾਕੀ ਸਾਰੀਆਂ ਤਾਂ ਆਲਮੋਸਟ ਅਸੀਂ ਦੇਖੀਆਂ ਹੀ ਹੋਣੀਆਂ ਆ। ਅਤੇ ਐਨੀਵੇਜ਼, ਬਹੁਤ ਨਾਈਸ ਇਵੈਂਟ ਆ, ਮੋਟਰਸਾਈਕਲ ਵੀ ਹੋਣੇ ਆ ਅਤੇ ਕਾਫੀ ਦੁਨੀਆ ਵੀ ਉੱਥੇ ਆਉਂਦੀ ਆ ਬਹੁਤ ਜ਼ਿਆਦਾ। ਪਰ ਆਈ ਥਿੰਕ ਦੇ ਵਰ ਸੇਇੰਗ ਕਲੋਜ਼ ਟੂ ਲਾਈਕ 500 ਗੱਡੀ, 500 ਕਾਰਾਂ ਔਰ ਸਮਥਿੰਗ ਲਾਈਕ ਦੈਟ, ਇੱਦਾਂ ਦਾ ਕੋਈ ਨੰਬਰ ਦਿੱਤਾ ਸੀਗਾ। ਸੋ ਐਨੀਵੇਜ਼, ਸਾਨੂੰ ਇੱਥੋਂ ਪ੍ਰੋਪਰ ਸਟੇਟ ਉੱਪਰ ਲੈ ਕੇ ਜਾਣਗੇ, ਬੇਸਿਕਲੀ ਸਟੇਟ ਉੱਪਰ ਸਾਨੂੰ ਗਾਈਡ ਕਰਨਗੇ ਅਤੇ ਆਪਾਂ ਉਹਨਾਂ ਦੇ ਪਿੱਛੇ ਪਿੱਛੇ ਯੂ ਕੈਨ ਸਪੀਡ ਅਤੇ ਬਸ ਓਬਵੀਅਸਲੀ ਸੇਫਟੀ ਕੋਨਸ਼ੀਅਸ ਨਾਲ, ਪਰ ਤੁਸੀਂ ਜਿੰਨੀ ਮਰਜ਼ੀ ਸਪੀਡ ਕਰ ਸਕਦੇ ਹੋ ਉਹਨਾਂ ਦੇ ਪਿੱਛੇ ਪਿੱਛੇ, ਡਿਪੈਂਡਿੰਗ ਔਨ ਸਟੇਟ ਉੱਪਰ ਕਿੰਨੀ ਤੇਜ਼ ਤੁਹਾਨੂੰ ਲੈ ਕੇ ਜਾ ਰਿਹਾ ਹੈ। ਸੋ ਆਓ, ਮੈਂ ਇੱਕ ਦੋਸਤ ਹੀ ਵੇਟ ਕਰ ਰਿਹਾ ਤਾਂ ਬਹੁਤ ਐਕਸਾਈਟਡ ਹੈ ਤੁਹਾਨੂੰ ਸ਼ੋਅ ਕਰਨ ਲਈ ਅਤੇ ਆਉਣ ਵਾਲਾ ਆਉਣਾ ਆ ਅਤੇ ਦੇਣੀ ਵੀ ਬਹੁਤ ਸੋਹਣਾ ਆ। ਆਓ ਤੁਹਾਨੂੰ ਫਿਰ ਸਿੱਧਾ ਉੱਥੇ ਲੈ ਕੇ ਜਾਂਦੇ ਹਾਂ। ਲਓ ਜੀ, ਵੈਲਕਮ ਤੁਹਾਡਾ ਸਾਰਿਆਂ ਦਾ। ਹੁਣ ਸਾਰੀਆਂ ਕਾਰਾਂ ਬਾਹਰ ਜਾਣ ਦੀਆਂ ਆ, ਤੁਸੀਂ ਹੁਣ ਦੇਖ ਸਕਦੇ ਜੀ। ਆਹ ਵੇਖੋ, ਮੇਰੇ ਖਿਆਲ ਫੋਰ ਲੂਸੋ ਫਰਾਰੀ, ਆਹ GT GTR ਜਾਣ ਦੀ, ਪਿੱਛੇ ਵੀ ਫੋਰ ਲੂਸੋ ਜਾਣ ਦੀ ਆ, ਆਹ ਵੀ ਫੋਰ, ਤਿੰਨੇ ਚਾਰੇ ਹੀ ਆ। ਅਤੇ ਹੁਣ ਆਹ ਕੁੜੀ ਯਾਰ ਔਰਗਨਾਈਜ਼ ਕਰਨੀ ਆ 488 ਜਾਣ ਦੀ, ਲੈ ਲਈ ਆ, ਜਾਂ ਮੇਰੇ ਖਿਆਲ 'ਚ GT2 ਹੋ ਸਕਦੀ ਆ। ਆਹ ਫਿਰ ਬੈਕ ਟੂ ਬੈਕ ਫੋਰ ਲੂਸੋ, ਉਹ ਪਿੱਛੇ ਮਾਜ਼ਰਾੜੀ, ਗ੍ਰੈਂਡ ਟ੍ਰਿਜ਼ਮੋ, ਆਹ ਕਿਬਲੀ, ਆਹ ਬੈਂਟਲੀ ਆਉਣ ਲਈ ਆ। ਸੋ ਉੱਦਾਂ ਹੀ ਦੇਖ ਸਕਦੇ ਜਿਵੇਂ ਪਿੱਛੇ ਉਹ ਸਟੇਟ ਉੱਪਰ ਖੜ੍ਹਾ ਆ, ਆਹ ਆਪਣੀ ਇੱਕ ਪੁਰਾਣੀ ਕੀ ਇਹਦਾ ਪੁਰਾਣੀ ਸਪਾਈਡਰ ਨਾਂ ਸੀਗਾ ਇਹਦਾ 360 ਅਤੇ R8। ਸੋ ਪਿੱਛੇ ਉਹ ਸਟੇਟ ਉੱਪਰ ਖੜ੍ਹਾ ਆ ਅਤੇ ਇੰਨੀ ਸਾਨੂੰ ਗਾਈਡ ਕਰਨਾ ਸਾਰੇ ਰਾਹ 'ਚ, ਅਤੇ ਲਾਈਕ ਇੰਨੇ ਇਹਦੇ ਪਿੱਛੇ ਪਿੱਛੇ ਤੁਸੀਂ ਜਾ ਸਕਦੇ ਅਤੇ ਅੱਗੇ ਨਹੀਂ ਜਾ ਸਕਦੇ। ਅਤੇ ਜਿਹਦੇ ਹਿਸਾਬ ਨਾਲ ਕਾਰਾਂ ਮੈਂ ਦੇਖਣ ਡਿਆ ਆ, ਇਹਨਾਂ ਨੇ ਜਿਵੇਂ ਕਿ ਜ਼ਿਆਦਾ ਹੀ ਇਹਦੇ ਪਿੱਛੇ ਪਿੱਛੇ ਰਹਿਣਾ, ਇਹਨੂੰ ਕੱਟ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਹਿਸਾਬ ਨਾਲ ਸਾਰੀਆਂ ਕਾਰਾਂ ਹੈ। ਅਤੇ ਵਿੱਚ ਵਿੱਚ ਆਹ ਦੇਖੋ ਤੁਸੀਂ S4 ਦੇ ਸਕਦੇ, ਪਰ ਰੈਗੂਲਰ ਇੰਜਨ ਨਹੀਂ ਆ, ਇਹ ਸਾਰੇ ਇਹਨਾਂ ਨੇ ਸੂਪਟ ਕਰਾਏ ਆ, ਜਿਵੇਂ ਕਿ ਜ਼ਿਆਦਾ ਇਹਨਾਂ ਨੇ ਹੋਰਸ ਪਾਵਰ ਜ਼ਿਆਦਾ ਸਾਰਾ ਕੁਛ ਵਧਾਇਆ ਇਹਦੇ 'ਚ। ਆਹ ਲਮੰਟੀ ਵੀ ਜਾਣ ਡਿਆ, ਆਹ ਲੈਂਬਰਗਿਨੀ, ਅਤੇ ਆਹ M3, ਅਤੇ ਆਹ ਆ ਕੁੜੀ ਮਾਰੀ ਆ, ਇਹਨੇ ਸਾਰਾ ਔਰਗਨਾਈਜ਼ ਕੀਤਾ, ਬਹੁਤ ਚੰਗੀ ਕੁੜੀ ਆ। ਅਤੇ ਹੈਲਕੈਟ ਜਾਣ ਡੀ ਆ, ZR1 ਅਤੇ M5 ਅਤੇ ਸਾਡੀ ਵਾਰੀ ਵੀ ਆ ਗਈ ਆ। ਚੜ੍ਹ ਕੇ ਜਾ ਹਾਈਵੇ 'ਤੇ, ਅਤੇ ਜਿੱਦਾਂ ਮੈਂ ਤੁਹਾਨੂੰ ਦੱਸਣ ਡਿਆ ਸੀਗਾ ਕਿ ਅੱਗੇ ਸਟੇਟ ਉੱਪਰ ਆ ਪੁਲਿਸ ਵਾਲਾ, ਅਤੇ ਉੱਥੋਂ ਅੱਗੇ ਤੁਸੀਂ ਜਾ ਨਹੀਂ ਸਕਦੇ, ਪੂਰੀ ਪ੍ਰੋਟੈਕਸ਼ਨ ਦੇ ਨਾਲ ਤੁਹਾਨੂੰ ਖੰਡ ਡਿਆ ਆ। ਅਤੇ ਆਓ ਤੁਹਾਨੂੰ ਦਿਖਾਵਾਂ ਆਹ ਜਿਹੜੀ ਹੁਣ 2008 BMW M3, ਅਤੇ ਇਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਸੀਗੀ, ਅਤੇ ਪੂਰੇ ਟਰੈਕ ਟਰੂਕ 'ਤੇ ਜਾਂਦੇ ਆ। ਸੋ ਸਾਰੇ ਮੋਸਟਲੀ ਇੱਥੇ ਸਕਿੱਲ ਡਰਾਈਵਰ ਹੀ ਆ। ਆਹ ਇਹਦਾ ਨਹੀਂ ਮੈਨੂੰ ਪਤਾ, ਆਹ ਜਿਹੜੀ ਕੋਰਵੈਟ ਹੈ ਨਾ 2016 ਮਾਡਲ ZR1, ਇਹਨਾਂ ਦਾ ਨਹੀਂ ਮੈਨੂੰ ਪਤਾ, ਇਹ ਜਦੇ ਇਹ ਬਾਈ ਜ਼ਿਆਦਾ ਹੀ ਹੱਥ ਕਰਾਉਣ ਡੇ ਆ ਇਹਨਾਂ ਨੇ, ਇਹ ਪੂਰੀ ਪਿੱਛੇ ਪਿੱਛੇ ਉਹਦੀ ਸਟੇਟ ਉੱਪਰ ਦੀ ਖਿੱਚੀ ਆ। ਅਤੇ ਚਲੋ ਵੇਖਦੇ ਹਾਂ ਕੀ ਕਰਦੇ ਆ, ਪਰ ਪੂਰੀ ਸੇਫਟੀ ਨਾਲ ਹੀ ਤੁਹਾਨੂੰ ਦੱਸਿਆ ਸੀ ਨਾ ਜਾਣ ਡੇ ਸਾਰੇ, ਅੱਜ ਕੋਈ ਇੱਦਾਂ ਉੱਦਾਂ ਨਹੀਂ ਚੱਕਰ ਹੈਗਾ। ਅਤੇ ਲਓ ਜੀ, ਬ੍ਰੇਕਾਂ ਲੱਗ ਗਏ, ਹੁਣ ਵੇਨੇ ਕੀ ਕਰਨ ਲੱਗੇ ਆ। ਆਹ ਪੁਰਾਣੀ ਪੌਂਟੀਆਕ ਆ, ਮੇਰਾ ਨਹੀਂ, ਮੈਨੂੰ ਨਹੀਂ ਪਤਾ ਕੀ ਬਾਈਕ ਆਣ ਡਿਆ ਆ, ਪਰ ਲੱਗਦਾ ਫਰੈਂਡਲੀ ਰੇਸ ਹੀ ਆ। ਪਰ ਦੇਖੋ ਕੀ ਲਓ ਜੀ, ਦੇਖੋ ਹੌਲੀ ਕਰ ਲਈ ਗੱਡੀ, ਵੈਸੇ ਹੀ ਹੌਲੀ ਕਰ ਲਈ। ਲਓ ਜੀ ਪਹੁੰਚ ਗਏ, ਵੈਲਕਮ ਆ ਗਈ ਜੀ ਮੈਕਲਾਰਨ ਸੈਨਾ ਤੋਂ ਸਟਾਰਟ ਕਰ ਦਿੰਦੇ ਹਾਂ। ਅਤੇ ਆਹ ਤੁਸੀਂ ਦੇਖ ਸਕਦੇ ਹੋ ਵੱਡੀਆਂ ਬ੍ਰੈਂਬੋ ਬ੍ਰੇਕ ਹੀ ਆ, ਇਹ ਬੇਸਿਕਲੀ ਬ੍ਰਿਟਿਸ਼ ਹੈਂਡ ਬਿਲਡ ਕਾਰ ਆ।
ਤੇ ਅੰਦਰ ਤੁਹਾਨੂੰ ਦੁਕਾਨਾਂ ਆ, ਆਹ ਇਨਟੇਕ ਆ ਜਿਹੜੇ ਵੱਡੇ, ਤੇ ਅੰਦਰ ਇੱਕ ਛੋਟੀ ਜਿਹੀ ਜਿਹੀ ਫਨ ਫੈਕਟ ਦੱਸ ਦਿੰਦਾ, ਸੀਟ ਦੇ ਪਿੱਛੇ ਨਾ ਇੱਕ ਆਪਸ਼ਨ ਆ $6,000 ਦਾ, ਤੇ ਉਹ ਤੁਸੀਂ ਬਟਨ ਦੱਬੋ, ਤੁਸੀਂ ਜਿਵੇਂ ਰੇਸ ਟਰੈਕ ਪਾਣੀ ਨਹੀਂ ਪੀਂਦੇ ਉੱਦਾਂ ਪੀ ਸਕਦੇ ਜੇ। ਅਤੇ ਮੂਵਿੰਗ ਔਨ, ਆਹ ਕਾਰਬਨ ਫਾਈਬਰ ਵਾਲੀ ਆ, ਇਹ $5,00,000 ਐਕਸਟਰਾ ਦੀ ਆ, ਗ੍ਰੀਨ ਵਾਲੀ ਜਿਹੜੀ ਹੈਗੀ ਆ। ਵੈਸੇ ਇਹਨਾਂ ਦਾ ਪ੍ਰਾਈਜ਼ ਹੈਗਾ $1,000,000, ਇਹ $5,00,000 ਐਕਸਟਰਾ। ਅਤੇ ਆਹ ਜਿਹੜੀ ਪੇਂਟ ਐਕਸਟਰਾ ਆ, ਇਹਦੇ ਹੋਰ ਪੈਸੇ ਆ। ਅਤੇ ਬੇਸਿਕਲੀ ਇਹ ਹੈਗੀ ਆ, ਸੈਨਾ ਹੀ ਗੱਲ ਕਰਨ ਡੇ ਇਹਨਾਂ ਦੀ, ਜੇ ਗੱਲ ਕਰੀਏ ਟਰੈਕ ਟਰੈਕ ਫੋਕਸਡ ਹੀ ਆ, 0 to 60 ਲਾਈਕ 0 to 100 ਕਿਲੋਮੀਟਰ 2.8 seconds 'ਚ ਕਰਦੀ ਆ ਇਹ। ਅਤੇ ਇਹਨਾਂ ਦੀ ਜਿਹੜੀ ਆ ਨਵੀਂ ਕਾਰਬਨ ਫਾਈਬਰ ਆਲ ਓਵਰ ਹੀ ਆ, ਅਤੇ ਨਵੀਂ ਇਹਨਾਂ ਦੀ ਜਿਹੜੀਆਂ ਹੈਗੀਆਂ ਨੇ ਮੇਰੇ ਖਿਆਲ 'ਚ 4 liter ਟਵਿਨ ਟਰਬੋ ਆ ਇਹਦੇ 'ਚ V8। ਅਤੇ ਬੇਸਿਕਲੀ ਸ਼ੇਪ ਇਹਨਾਂ ਦੀ ਤੁਸੀਂ ਦੇਖ ਸਕਦੇ ਜੇ, ਟਰੈਕ ਫੋਕਸਡ ਆ ਫੋਰ ਫਾਸਟਰ ਲੈਪ। ਅਤੇ ਜਿਹੜੀ ਇਹਨਾਂ ਦੀ ਬ੍ਰੇਕਾਂ ਦੀ ਗੱਲ ਕਰੀਏ, ਨਿਊ ਜਨਰੇਸ਼ਨ ਆ, ਨਿਊ ਜਨਰੇਸ਼ਨ ਬ੍ਰੈਂਬੋ ਕਾਰਬਨ ਸਰਾਮਿਕ ਬ੍ਰੇਕਸ ਆ ਇਹਦੀਆਂ, ਸਮਾਲਰ ਅਤੇ ਲਾਈਟਰ, ਐਂ ਟਾਈਮ 'ਚ ਸਟੋਪ ਕਰ ਦੂਗੀ ਪੂਰੀ। ਅਤੇ ਵਿੰਗਸ ਵੀ ਪਿੱਛੇ ਪੂਰੀ ਸਹੀ ਤਰੀਕੇ ਨਾਲ ਬਣਾਈਆਂ, ਅਤੇ ਨਾਲੇ ਤੁਸੀਂ ਇਹ ਸਟਰੀਟ ਲੀਗਲ ਵੀ ਹੈਗੀਆਂ ਆ। ਅਤੇ ਆਹ ਇੱਧਰੋਂ ਮੂਵ ਕਰੀਏ, ਆਹ ਆ ਗਈਆਂ ਦੂਸਰੀਆਂ ਮਕਲਰਨ, ਦੂਸਰੀ ਆ 570, ਅਤੇ ਮੇਰੇ ਖਿਆਲ 2 lakh ਦੀ ਆ ਇਹ। ਅਤੇ ਉਹ ਤੋਂ ਅੱਗੇ ਹੈਗੀ ਆ ਮਕਲਰਨ, ਮੇਰੇ ਖਿਆਲ 'ਚ ਆਹ ਜਿਹੜੀ ਕਿਹੜੀ ਆ, ਮੇਰੇ ਖਿਆਲ 'ਚ ਇਹ ਹੈਗੀ ਆ 570, ਹੈ ਨਾ, ਇਹ 2 lakh ਦੇ ਵਿੱਚ ਆ ਜਾਂਦੀ ਆ। ਅਤੇ ਆਹ ਵੀ ਅੱਗੇ ਵੀ ਮੇਰੇ ਖਿਆਲ 570 ਆ। ਅਤੇ ਆਹ ਜਿਹੜੀ ਆ, ਜਿਹੜੀਆਂ ਅੱਗੇ ਹੁਣ ਆਹ ਮਕਲਰਨ 675 ਆ LT, ਅਤੇ ਇਹਨਾਂ ਦੀ ਰੇਂਜ ਵੀ ਹੈਗੀ ਮੇਰੇ ਖਿਆਲ 'ਚ ਕਈ 3.5 lakh ਦੀਆਂ ਆ। ਅਤੇ ਐਗਜ਼ਾਸਟ ਮੇਰੇ ਖਿਆਲ 'ਚ ਕਸਟਮ ਹੀ ਕੀਤਾ ਐਗਜ਼ਾਸਟ, ਮੈਨੂੰ ਜਿਹਦੇ ਹਿਸਾਬ ਨਾਲ ਲੱਗਣ ਡਿਆ। ਲਓ ਜੀ, ਆਹ ਪੁਰਾਣੀਆਂ 1961 ਜੈਗੁਰ E-Type ਆ, ਰੇਸਿੰਗ ਮਾਡਲ ਆ ਸਾਰੇ ਇਹਨਾਂ ਦੇ। ਉਦੋਂ ਇਹਨਾਂ ਦਾ ਪ੍ਰਾਈਜ਼ ਹੈਗਾ ਜੀ ਸਾਰਾ ਮੇਰੇ ਖਿਆਲ $5,000 ਦਾ, $6,000 ਸੀਗਾ। ਇਹ ਹੈਗੀਆਂ ਆ 3.8 liter ਆ, ਇਹ 6 cylinder ਆ, ਸਟੇਟ 6 ਇਹਦੇ ਵਿੱਚ। ਅਤੇ ਤਾਂ ਵੀ ਉਹ ਟਾਈਮ ਲਈ 265 horsepower ਆ, 265 horsepower ਆ, 4-speed ਮੈਨੂਅਲ। ਆਹ ਦੇਖੋ ਸਟੇਟ 6 ਇੰਜਨ ਆ ਇਹਦਾ ਪੂਰਾ। ਅਤੇ ਇਹ ਬੇਸਿਕਲੀ ਸ਼ੋਅ ਕਾਰ ਆ, ਬਹੁਤ ਸੋਹਣੀਆਂ ਸਜਾਈਆਂ। ਆਹ ਵੇਖੋ ਜਿੱਦਾਂ ਮੈਂ ਕਹਿਣ ਡਿਆ 4-speed ਮੈਨੂਅਲ, 4 gear ਪੈਂਦੇ ਸੀ ਅਤੇ ਵੱਟ ਕੱਢ ਦਿੰਦੇ ਸੀ। ਬਹੁਤ ਸੋਹਣੀਆਂ ਗੱਡੀਆਂ ਆ, ਬਹੁਤ ਸੋਹਣੀਆਂ ਵਿੰਟੇਜ ਪੂਰੀਆਂ। ਮੈਂ ਨਾ ਕਿ ਬਾਈ ਨੇ ਵੱਟ ਕੱਢੇ ਪਏ ਆ, ਪੂਰਾ ਸਾਫ਼ ਸਫਾਈ ਨਾਲ ਲੈ ਕੇ ਆਉਂਦੀਆਂ। ਅੱਜ ਹੋਰ ਦੇਖਦੇ ਹਾਂ ਅੱਗੇ ਹੁਣ। ਲਓ ਜੀ ਗਾਇਜ਼, ਆਹ ਹੈਗੀ ਆ ਕੋਨਿਗਜ਼ੈਗ ਅਜੇਰਾ RS, ਇਹ ਵੀ ਬਹੁਤ ਸੋਹਣੀ ਕਾਰ ਆ, ਸਵੀਡਨ ਦੀ। ਅਤੇ ਮੈਂ ਫਰਮ ਆ ਮਿਸਟੇਕਨ, ਇਹਨੇ ਬੁਗਾਟੀ ਵੇਰੋਨ ਬੀਟ ਕੀਤੀ ਸੀ ਟੂ ਬਿਕਮ ਦਾ ਵਰਲਡਸ ਫਾਸਟੈਸਟ ਕਾਰ, ਬਿਕਾਜ਼ 2017 ਦੇ ਵਿੱਚ, ਆਮ ਨਾਟ ਸ਼ੋਰ। ਅਤੇ ਗਾਇਜ਼ ਉਹ 25 ਬਿਲਡ ਕੀਤੀਆਂ ਸੀ ਸਾਰੀਆਂ, ਅਤੇ ਉਹ ਸੋਲਡ ਆਊਟ ਹੋ ਗਈਆਂ ਸੀ 10 months ਦੇ ਵਿੱਚ। ਅਤੇ ਪ੍ਰਾਈਸ ਇਹਦੀ ਹੈਗੀ $2.5 million US। ਅਤੇ ਇਹ ਕਰਦੀ ਜੇ 0 to 60 ਇਨ 2.9 seconds, 0 to 100 kilometer, ਬਹੁਤ ਤਕੜੀ ਗੱਡੀ ਹੈ। ਅਤੇ ਹੁਣ ਮੈਂ ਇਹ ਸਵੀਡਨ ਦੀ ਇੱਕ ਹੋਰ ਸਵੀਟ ਡਿਸ਼ ਤੁਹਾਨੂੰ ਦਿਖਾਉਂਦਾ ਹਾਂ। ਆਹ ਹੈਗੀ ਜੈਸਕੋ, ਇਹ ਵੀ ਕੋਨਿਗਜ਼ੈਗ ਨਵਾਂ ਜੈਸਕੋ ਮਾਡਲ ਆ ਇਹਨਾਂ ਦਾ। ਅਤੇ ਇਹ ਮੇਰੇ ਖਿਆਲ ਇਹ ਮਿਡ ਇੰਜਨ ਆ, 5 liter ਆ, ਟਰਬੋ ਚਾਰਜਡ। ਅਤੇ ਇਹਦੀ ਹੋਰਸ ਪਾਵਰ ਹੈਗੀ ਆ 1280 horsepower, $2.8 million ਦੀ ਹੈ ਇਹ ਗੱਡੀ। ਅਤੇ ਦੇਖਦੇ ਹਾਂ ਵਾਪਸ ਆ ਕੇ, ਦੂਜੀ ਉਹਨਾਂ ਨੇ ਖੋਲ੍ਹੀ ਆ। ਅਤੇ ਤੁਸੀਂ ਆਹ ਦੇਖੋ ਇਹਨਾਂ ਦੇ ਟਾਇਰ ਟੂਰ ਸਾਈਜ਼ ਕਿੰਨਾ ਵੱਡਾ ਆ, ਤੁਸੀਂ ਦੇਖ ਸਕਦੇ ਇਹਦਾ 90° ਟਵਿਨ ਟਰਬੋ ਚਾਰਜਡ V8 ਇੰਜਨ ਆ ਇਹਦਾ। ਅਤੇ ਮੇਰੇ ਖਿਆਲ 1160 HP ਆ, ਯਾਨੀ ਕਿ ਬਹੁਤ ਬਹੁਤ ਜ਼ਿਆਦਾ ਪਾਵਰ ਆ ਗੱਡੀ 'ਚ। ਅਤੇ ਇਟਸ ਬਿਊਟੀਫੁਲ, ਡੋਰ ਵੀ ਸਿੱਧਾ ਖੋਲ੍ਹਦੇ ਆ। ਅਤੇ ਜੀ ਟੈਲ ਦੇ ਨਾਲੇ ਪਾਸੇ ਆਹ ਹੈਗੀ ਆ ਮਾਜ਼ਰਾੜੀ MC12, ਬਸ 12 ਹੀ ਬਣਾਈਆਂ ਸੀਗੀਆਂ, ਇਹ ਲੋਕਾਂ ਦੀ ਡਰੀਮ ਆ, ਡਰੀਮ ਕੋਈ ਨਹੀਂ ਵੇਚਦਾ। ਮੈਂ 1.5 million ਦੀ ਆ, ਅਤੇ ਹੁਣ 2.7 ਦੀ ਵਿਕਣ ਡਈ ਆ। ਮੈਨੂੰ ਜੋਰਜ ਲੂਕਸ ਦਾ ਇੱਕੋ ਕੋਟ ਯਾਦ ਆ, ਕਹਿੰਦੇ ਕਿ ਡਰੀਮਸ ਆਰ ਐਕਸਟ੍ਰੀਮਲੀ ਇੰਪੋਰਟੈਂਟ, ਯੂ ਕੈਨ ਡੂ ਇਟ ਅਨਲੈਸ ਯੂ ਇਮੈਜਿਨ ਇਟ। ਅਤੇ ਮੈਂ ਆਲਰੇਡੀ ਇਮੈਜਿਨ ਕਰ ਲਿਆ ਇਹ ਮੇਰੀ ਗੱਡੀ ਆ, ਇਮੈਜਿਨ ਕਰਾਂਗੇ ਤਾਂ ਡਰੀਮ ਸੱਚੀ ਹੋਊਗੀ। ਬਹੁਤ ਰੇਅਰ ਕਾਰ ਆ ਇਹ, ਬਹੁਤ ਰੇਅਰ, ਅਤੇ ਬੇਸਿਕਲੀ ਬਿਊਟੀਫੁਲ। ਲਓ ਜੀ, ਆ ਹੈਗੇ BMW 8 series ਆ, ਬੇਸਿਕਲੀ M850। ਆਹ ਇਹਦਾ ਅੰਦਰੋਂ ਇੰਟੀਰੀਅਰ ਦੇਖ ਲਓ, ਬਹੁਤ ਸੋਹਣਾ, ਕਾਫੀ ਚੇਂਜ ਕੀਤਾ ਆ। ਜਿੱਦਾਂ ਨਹੀਂ ਤਾਂ BMW ਸੇਮ ਹੀ ਰੱਖਦੇ, ਤੁਹਾਨੂੰ ਪਤਾ ਹੀ ਆ। ਇਹ ਹੈਗੀ, ਇਹ ਪ੍ਰੋਡਿਊਸ ਕਰਦੀ ਆ 533 horse ਪਾਵਰ ਮੇਰੇ ਖਿਆਲ 'ਚ, 0 to 60 3.6 ਪਰ ਯਾਰ 1,12,000 ਦੀ ਹੈ ਇਹ, $1,12,000 ਦੀ। ਅਤੇ ਹੁਣ BMW ਵੇਖ ਲਓ 3 figure 'ਚ ਪਹੁੰਚ ਗਈਆਂ, ਹਾਲੇ ਕਿ ਆਹ ਤੋਂ ਸਸਤੀ ਆ। ਆਹ BMW M5 ਕੰਪੀਟੀਸ਼ਨ ਪੈਕੇਜ ਆਏ, ਅਤੇ 1,10,000 ਦੀ ਆ, ਅਤੇ ਇਹਦੇ ਕੋਲ ਹੋਰਸ ਪਾਵਰ ਵੀ ਜ਼ਿਆਦਾ ਸਗੋਂ। ਚਲੋ ਇਹ M5 ਵੀ ਆ, ਅਤੇ
ਉਹਤੋਂ ਤੋਂ ਜ਼ਿਆਦਾ ਹੋਊਗੀ। 617 ਹੋਰਸ ਪਾਵਰ ਆ ਇਹਦੇ 'ਚ ਅਤੇ ਰੰਗ ਵੀ ਬੜਾ ਪਿਆਰਾ ਆ, ਆ ਪਿੱਛੋਂ ਵੇਖ ਲਓ, ਕੁਆਡ ਐਗਜ਼ਾਸਟ ਬਹੁਤ ਸੋਹਣੀ। ਆਹ ਨਵੀਂ 340 ਆ, 3 ਸੀਰੀਜ਼ M340, ਇਹਦਾ ਵੀ ਇੰਟੀਰੀਅਰ ਥੋੜ੍ਹਾ ਜਿਹਾ ਚੇਂਜ ਕੀਤਾ, ਜ਼ਿਆਦਾ ਕੁਛ ਨਹੀਂ। ਅਤੇ ਆਹ ਅੱਗੇ ਤੁਹਾਨੂੰ ਦਿਖਾਉਣਾ ਜਿਹੜੀ ਮੇਰੀ ਫੇਵਰੇਟ ਆ, ਆਹ ਹੈਗੀ ਆ BMW M2, ਅਤੇ ਸਾਰਾ ਉਹਨੇ ਡਿਫਿਊਜ਼ਰ ਤੋਂ ਸਾਰਾ ਕਸਟਮਾਈਜ਼ ਕੀਤਾ ਯਾਰ, ਇਹਦਾ ਤਾਂ ਸਾਰਾ ਕੁਛ ਉਹਨੇ ਕਸਟਮ ਕੀਤਾ ਆ। ਸਭ ਤੋਂ ਪਿਆਰੇ ਮੈਨੂੰ ਇਹਦੇ ਰਿਮ ਲੱਗਦੇ, ਤੁਹਾਨੂੰ ਮੈਂ ਦਿਖਾਉਂਦਾ ਹਾਂ। ਅਤੇ ਵੈਸੇ ਇਹ 50,000 ਦੀ ਆ ਜਾਂਦੀ ਆ, ਅਤੇ 20,000 ਦਾ ਚਲੋ ਕਸਟਮ ਕੰਮ ਕਰਾਇਆ। ਆਹ ਦੇਖੋ ਤੁਹਾਨੂੰ ਦਿਖਾਉਣਾ PBS ਦੇ ਰਿਮ ਪੂਰੇ ਠਹਿਰ ਕੇ, ਆ ਸਾਰੀਆਂ BMW ਦੇਖ ਲਓ, ਸਾਰੀਆਂ M3 ਆ, ਅੱਗੋਂ ਲਿਪ ਵੀ ਉਹਨੇ ਮੈਚ ਕੀਤੀ ਰਿਮਾਂ ਦੇ ਨਾਲ। ਅਤੇ ਆਹ ਪੁਰਾਣੀ M3 ਆ, ਅਤੇ M6, ਆ ਫਿਰ ਦੁਬਾਰਾ M3 ਆ ਗਈ ਆ, ਇਹ ਵੀ ਬਹੁਤ ਵਧੀਆ ਆ। ਕੰਪੀਟੀਸ਼ਨ ਪੈਕੇਜ ਆ, 455 ਹੋਰਸ ਪਾਵਰ ਆ ਇਹਦੇ 'ਚ ਵੀ, ਅਤੇ ਪੂਰਾ ਉਹਨੇ ਵੀ ਕਸਟਮ ਕਰਾਇਆ, ਅਮੈਰੀਕਾ ਐਗਜ਼ਾਸਟ ਵੀ ਕਸਟਮ, ਸਾਰਾ ਕੁਛ ਕਸਟਮ। ਦੈਟਸ ਵਾਈ ਆਈ ਲਵ ਦੀਸ, ਇਹ ਚਾਰੀ ਸਾਰਾ ਰਿਮਸ ਵੀ ਕਸਟਮ, ਅੰਦਰੋਂ ਵੀ ਗੇਅਰ ਨਾ ਵੀ ਆਹ ਦੇਖੋ ਕਸਟਮ ਕਰਾਇਆ, ਅਤੇ ਸਟੀਅਰਿੰਗ ਵੀ ਕਸਟਮ ਹੀ ਕਰਾਇਆ, ਸਾਰਾ ਕੁਛ ਕਸਟਮ ਗੱਡੀ ਦਾ। ਸਾਰੀਆਂ ਬੇਸਿਕਲੀ M-series ਸਾਰੀਆਂ ਕਸਟਮ ਹੀ ਆ। ਲਾਈਟਾਂ ਵੇਖ ਲਓ, ਇੱਕ ਯੈਲੋ ਅਤੇ ਇੱਕ 'ਚ ਗੇਡ ਆਈ ਆ, ਇੱਕ ਹੀ ਦੇਖਦਾ ਘੱਟ ਆ। M5 ਪੁਰਾਣੀ 2013 ਮਾਡਲ ਆ ਮੇਰੇ ਖਿਆਲ 'ਚ, ਆਹ 2008 ਮਾਡਲ M3, ਅਤੇ ਪਰ ਆਹ ਦਾ ਸਪੈਸ਼ਲ ਆਹ ਦੇਖੋ, ਇਹਨੇ ਮੇਰੇ ਖਿਆਲ 350 ਹੋਰਸ ਪਾਵਰ ਜ਼ਿਆਦਾ ਵਧਾਇਆ, ਇੰਜਨ ਸਾਰਾ ਚੇਂਜ ਵਧੀਆ ਕੀਤਾ ਆ, ਡਿਫਰੈਂਟ ਕੀਤਾ ਆ, ਟੂਨ ਕਰਾਇਆ, ਸਭ ਟੂਨ ਡਿਆ ਸਾਰੀ, ਆਹ ਵੀ ਟੂਨ ਡਿਆ, ਇਹਦਾ ਵੀ ਸਾਰਾ ਕੁਛ ਚੇਂਜ ਕਰਾਇਆ ਅੰਦਰੋਂ ਉਹਨੇ, ਤੁਸੀਂ ਦੇਖ ਸਕਦੇ ਜੇ। ਅਤੇ ਸਾਰਾ ਟਰਬੋ ਚਾਰਜ ਡੀਆ ਲੱਗਦੀਆਂ ਸਾਰੀਆਂ ਹੀ, ਆਹ ਪੁਰਾਣੀ M5 2002 ਮਾਡਲ। ਲੋ ਗਾਇਜ਼, ਆਹ ਮੇਰਾ ਪ੍ਰਾਊਡ ਮੂਮੈਂਟ ਆ, ਆਹ ਗੱਡੀ ਹੈਗੀ ਆ ਪਿਨਾਕਿਨੀ ਬਤੀਸਤਾ, ਓਨਡ ਕੰਟਰੋਲਡ ਬਾਏ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਇੰਡੀਆ ਦੀ, ਈਸਟ ਔਰ ਵੈਸਟ ਯਾਰ ਆਪਣਾ ਇੰਡੀਆ ਬੈਸਟ ਆ ਯਾਰ, ਲਵ ਇਟ। ਇਹ ਹੈਗੀ 2.5 million ਦੀ, ਆਲ ਇਲੈਕਟ੍ਰਿਕ ਆ, 1900 ਹੋਰਸ ਪਾਵਰ ਆ ਇਹਦੇ 'ਚ, 0 to 62 seconds 'ਚ ਕਰਦੀ ਹੈ, ਇਹ ਗੇਮ ਓਵਰ ਆ, ਇਹ ਤੋਂ ਅੱਗੇ ਕੁਛ ਨਹੀਂ, ਕੀ ਦਿਖਾਵਾਂ ਇਹ ਤੋਂ ਅੱਗੇ, ਖਤਮ ਆ ਇੱਥੇ ਬਸ। ਅਤੇ ਤਾਂ ਵੀ ਅੱਜ ਦਿਖਾਉਣੀ ਤਾਂ ਪੈ ਗਈ ਆ, ਤੁਹਾਨੂੰ ਪੂਰੀਆਂ ਦਿਖਾ ਦਿੰਦਾ ਆ। ਆਹ ਫਿਰ ਮਕਲੈਰਨ ਆ ਗਈ ਆ, ਜਿਹੜੀ ਹੁਣੇ ਆਪਾਂ ਵੇਖ ਕੇ ਆਏ ਸੀਗੇ, ਅਤੇ ਸੇਮ ਹੀ ਆ ਇਹਦੇ, ਕਿ ਦੇਖੋ ਇੰਟੀਰੀਅਰ ਕਿੰਨਾ ਇਹਦਾ ਸਿੰਪਲ ਜਿਹਾ ਇੰਟੀਰੀਅਰ ਰੱਖਦੇ ਆ, ਕਿਉਂਕਿ ਬਸ ਉਹਨਾਂ ਇਹੋ ਵਿਜ਼ਨ ਕੀਤਾ ਆ ਕਿ ਬਸ ਲੋਕ ਨਾ ਡਿਸਟਰੈਕਟ ਨਾ ਹੋਣ ਜ਼ਿਆਦਾ ਸਮਾਨ ਬਟਨ ਬਟਨ ਗੱਡੀਆਂ ਦੇ ਵਿੱਚ, ਬਸ ਅੱਗੇ ਹੀ ਵੇਖਣ। ਆਹ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਬਣਾਈ ਮਕਲੈਰਨ ਇਹਨਾਂ ਨੇ। ਆ ਜਾਓ ਇੱਧਰ ਆ ਜਾਓ, ਆ ਗਈ ਮਕਲੈਰਨ P1, 900 ਹੋਰਸ ਪਾਵਰ ਇਹਦੇ 'ਚ, ਅਤੇ $3.4 million ਦੀ ਗੱਡੀ ਹੈ। ਅਤੇ ਆ ਹੋਰ ਮਕਲੈਰਨ ਹੈਗੀਆਂ ਆ 0 to 60, ਸਾਰੀਆਂ ਮੇਰੇ ਖਿਆਲ 2.6 seconds 'ਚ ਕਰਦੀਆਂ। ਇੱਕ ਹੋਰ P1 ਲੱਗੀ ਆ, ਆਹ ਵੀ ਮਕਲੈਰਨ ਆ, ਆ ਜਾਓ ਪਿੱਛੇ ਆਪਣੇ P-Style ਚੱਲੀਏ ਹੁਣ। ਆ ਜੇ ਬੁਗਾਟੀ ਸ਼ੇਰੋਨ, ਜਿਹਨੇ ਹੁਣੇ ਹੁਣੇ ਰੈਕਡ ਬ੍ਰੇਕ ਕੀਤਾ ਆ, ਫੈਸਟ ਪ੍ਰੋਡਕਸ਼ਨ ਕਾਰ, 300 miles per hour ਦਾ, ਮੇਰੇ ਖਿਆਲ 480 kilometers ਆ ਬੈਂਟਲੀ, ਅਤੇ 8 liter ਕੁਆਡ ਟਰਬੋ ਚਾਰਜ ਦੇ ਆਏ ਬੀਸਟ ਆ, ਬੀਸਟ $3 million ਦਾ ਬੀਸਟ। ਆਹ ਨਵੀਂ ਗੱਡੀ ਦਿਖਾਵਾਂਗਾ ਜਦੋਂ ਤੁਹਾਨੂੰ, ਮੈਂ ਵੀ ਪਹਿਲੀ ਵਾਰੀ ਇੱਥੇ ਵੇਖੀ ਸ਼ੋਅ 'ਚ, ਤੀਤੀ ਮਾਜ਼ੋ, ਨਾ ਇੱਦਾਂ ਦਾ ਆ, P-72 ਆ, ਅਤੇ 1960s ਦਾ ਡਿਜ਼ਾਇਨ ਹੈਗਾ ਇਹ, ਅਤੇ ਬਸ 8 lakh ਦੀ ਗੱਡੀ ਹੈ ਸਾਰੀ, ਇਹ ਬਹੁਤ ਹੀ 8 lakh, ਤਾਂ ਵੀ ਮੈਂ ਸਾਰੀ ਕਹਿਣ ਡਿਆ। ਅੰਦਰੋਂ ਸਾਰੀ ਕਾਪਰ ਦਾ ਡਿਜ਼ਾਇਨ ਆ, ਪਿੱਛੋਂ ਦਿਖਾਉਣਾ ਤੁਹਾਨੂੰ, ਇੱਕੋ ਐਗਜ਼ਾਸਟ ਆਉਂਦਾ ਇਹਦਾ, ਤੁਹਾਨੂੰ ਦੱਸਿਆ 1960 ਦੀ ਲੁੱਕ ਆ ਇਹਦੀ ਪੂਰੀ, ਬਹੁਤ ਸੋਹਣੀ ਆ। ਲਓ ਗਾਇਜ਼, ਹੁਣ ਆਹ ਡੋਜ ਵਾਈਪਰ ਵੱਲ ਹੋਈਏ, ਇਹ ਮੇਰੇ ਖਿਆਲ 2015 ਡੋਜ ਵਾਈਪਰ ਆ, ACR ਆ ਇਹ, ਇਹ ਹੈਗੀ ਆ 8 liter V10, ਅਤੇ ਬਹੁਤ ਸੋਹਣੀ ਗੱਡੀ ਆ। ਹੁਣ ਮੈਂ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਹਾਂ ਕਿ ਇੱਥੇ ਮੈਂ ਬਹੁਤ ਨਿਆਣੇ ਵੇਖੇ ਵੀਲ ਚੇਅਰਾਂ ਦੇ ਵਿੱਚ, ਨਿਆਣੇ ਵੇਖੇ ਉਹ ਬਹੁਤ ਖੁਸ਼ ਹੋਏ, ਉਹਨਾਂ ਨੂੰ ਖੁਸ਼, ਉਹਨਾਂ ਦੀ ਖੁਸ਼ੀ ਵੇਖ ਕੇ ਆਪਾਂ ਖੁਸ਼ ਹੋਏ ਹਾਂ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੋਈ ਟਿਕਟ ਨਹੀਂ ਆਹ ਇਵੈਂਟ ਦੀ, ਇਹ ਲੋਕਾਂ ਨੇ ਕੋਈ ਪੈਸਾ ਨਹੀਂ ਲਿਆ ਕਿਸੇ ਕੋਲ, ਕਿਉਂਕਿ ਹਰੇਕ ਨੂੰ ਖੁਸ਼ੀ ਵੀ ਉਹੀ ਦੇ ਸਕਦੇ ਆ ਜਿਹੜੇ ਆਪਣੀ ਖੁਸ਼ੀ ਦੂਜਿਆਂ ਦੀ ਖੁਸ਼ੀ 'ਚ ਲੱਭਦੇ। ਸੋ ਤਾਂ ਕਰਕੇ ਬੰਦੇ ਬਹੁਤ ਚੰਗੇ ਨੇ। ਬਹੁਤ ਅੱਜ ਥੱਕ ਗਏ ਹਾਂ, ਇਸ ਕਰਕੇ ਆ ਕੇ ਇੱਥੋਂ ਬਹੁਤ ਡਿੱਗੇ ਹੁੰਦੇ ਆ ਸਾਰ, ਅਤੇ ਮੈਂ ਹੋਪ ਤੁਸੀਂ ਇਵੈਂਟ ਬਹੁਤ ਇੰਜੋਏ ਕੀਤਾ ਜਿੱਦਾਂ ਮੈਂ ਕੀਤਾ ਸੀਗਾ, ਅਤੇ ਕਾਫੀ ਕੁਛ ਹੋਰ ਕਵਰ ਕਰਨ ਨੂੰ ਹੈਗਾ ਜੀ। ਪਰ ਯਾਰ ਇੱਕ ਚੀਜ਼ ਆ, ਚਾਰਜਰ ਲੈ ਕੇ ਜਾਇਆ ਕਰੋ, 3000 ਗਏ ਆ, ਚਾਰਜਰ ਕਿਸੇ ਕੋਈ ਨਹੀਂ ਸੀਗਾ, ਅਤੇ ਫੋਨ 'ਚੋਂ ਨਾ ਇੰਨੀ ਰਿਕਾਰਡਿੰਗ ਨਹੀਂ ਹੋਈ ਜਿੰਨੀ ਮੈਂ ਚਾਹੁੰਦਾ ਸੀਗਾ। ਸੋ ਪਲੀਜ਼ ਗਾਈਜ਼, ਤੁਹਾਨੂੰ ਪਤਾ ਹੀ ਆ, ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਟੂ ਸਾਡੀ ਲਾਈਫ।